ਅਸਲਾਮ ਵਾਲੇਕਮ ਲਾਲੇ ਦੇ ਦੋਸਤੋ ਕੀ ਹਾਲ ਚਾਲ ਹੈ ਤੁਹਾਡੇ ਮੈਂ ਹਾਂ ਲਾਲਾ ਜ਼ੀਸ਼ਾਨ ਅਕਸਰ ਯਾਰ ਮੈਂ ਬੈਠੇ ਹੋਏ ਨਾ ਤਨਹਾ ਅਕੇਲ ਕੱਲਾ ਜਿਹਾ ਨਾ ਬੈਠਾ ਹੁੰਦਾ ਤੇ ਸੋਚੇ ਨਾ ਇਹ ਗਾਲ ਕੋ ਤੇ ਸੋਚ ਤੇ ਨਾ ਮੇ ਕੋ ਹੂੰ ਗਾਲ ਤੇ ਖਿਲ ਵੀ ਆਂਦੀ ਏ ਤੇ ਅਫਸੋਸ ਵੀ ਥਿੰਦੇ ਉਹ ਕਿਹੜੀ ਗਾਲ ਹੈ ਮੈਂ ਸ਼ੇਅਰ ਕੋ ਨਾ ਕਰਨਾ ਚਾਹੁੰਦਾ ਮੈਂ ਲੇਕਿਨ ਇਹ ਕਿ ਮੈਂ ਕਿਹਾ ਚਲੋ ਦੋਸਤੇ ਨਾਲ ਸ਼ੇਅਰ ਕੀਤੀ ਹੋਈ ਹੈ ਇਹ ਗਾਲ ਮਜ਼ਾ ਆਮ ਸੇ ਤੂੰ ਗਾਲ ਸੁਣ ਤੇ ਤੇ ਨੌਲੇਜ ਵੀ ਇਜ਼ਾਫਾ ਥੀ ਸੇ ਕਿ ਜੈਂਟਮ ਅਰੂਜ ਹੁੰਦੇ ਨਾ ਇਨਸਾਨ ਤੇ ਕਹਿ ਵੀ ਚੀਜ਼ ਤੇ ਇਨਸਾਨ ਤੇ ਕਿਆ ਕਹਿ ਵੀ ਚੀਜ਼ ਤੇ ਤੇ ਬੜੀ ਚਹਿਲ ਪਹਿਲ ਹੁੰਦੀ ਆ ਰੋਜ ਕੋ ਨਾ ਕੋਈ ਜਗ੍ਹਾ ਹੈ ਇਨਸਾਨ ਹੈ ਰਤਬਾ ਹੈ ਕਹਿ ਬੰਦਾ ਰੋਜ ਤੇ ਹੋਵੇ ਨਾ ਕੋਈ ਵੀ ਚੀਜ਼ ਤੇ ਹੂੰ ਕੋ ਬੜਾ ਚਹਿਲ ਪਹਿਲ ਦੁਨੀਆਦਾਰੀ ਹੁੰਦੇ ਅਗੂ ਪਿੱਛੋਂ ਹੇਰੇ ਹੋਰੇ ਹਰ ਚੀਜ਼ ਜਿਹੜੀ ਹੈ ਨਾ ਉਹ ਇੱਕ ਸਜਿਆ ਪਿਆ ਹੁੰਦਾ ਮੇਲਾ ਸਜਿਆ ਪਿਆ ਹੁੰਦਾ ਜਿੰਕੂ ਤੁਸੀਂ ਆਖੇਂਦੋ ਉਹ ਟਾਈਮ ਵੀ ਜਲਦੀ ਜਲਦੀ ਵੇਂਦਾ ਪਿਆ ਹੁੰਦੇ ਜਿਹੜਾ ਅਰੂਝ ਹਲਾ ਹੁੰਦਾ ਜ਼ਿਵਾਲ ਹਲਾ ਟਾਈਮ ਤੇ ਬੜਾ ਓਖਾ ਟਰਪਦੇ ਨਾ ਤੇ ਅਰੂਝ ਹਲਾ ਟਾਈਮ ਜਿਹੜਾ ਨਾ ਉਹ ਸਪੀਡ ਉਹ ਸਪੀਡ ਟਰਪਦੇ ਤੋ ਇੱਕ ਟਾਈਮ ਹੈ ਜੈਂਡਮ ਜੋ ਕੋ ਪਤਾ ਕਿ ਲਾਲੇ ਦੇਆ ਵੀਡੀਓਜ਼ ਜਿਹੜੀਆਂ ਨੇ ਉਹ ਮਿਲੀਅਨ ਵਿੱਚ ਵੇਂਦੀਆਂ ਹਣ ਇਹ ਗੱਲ ਕਹਿੰਦਾ ਮਕਸਦ ਇਹ ਕੋ ਨਹੀਂ ਕਿ ਅੱਜ ਨਹੀਂ ਵੇਂਦੀਆਂ ਕੋਈ ਵਿਊਜ਼ ਨਹੀਂ ਆਉਂਦੇ ਪਏ ਤਾਂ ਕੋਈ ਗਿਲਾ ਸ਼ਿਕਵਾ ਇਹ ਗਿਲਾ ਸ਼ਿਕਵਾ ਨਹੀਂ ਹੈ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਾ कि ਜੈਣਾ ਵੀਡੀਓ ਮਿਲੀਅਨਾਂ ਚ ਵੰਦੀਆਂ ਹਨ ਵਿਊਜ਼ ਹਮਨੇ ਹਨ ਤੇ ਲੋਕ ਕਹਿੰਦੇ ਕਮੈਂਟਾਂ ਚ ਲੈਣਾ ਲਗਿਆ ਪਿਆ ਹੁੰਦੀਆਂ ਹਨ ਤੇ ਫੋਨ ਨੰਬਰ ਮੰਗਦੇ ਹਨ ਤੇ ਮੈਂ ਕਹਿੰਦਾ ਮੈਂ ਚੁੱਕ ਲਿਖਿਆ ਨਾ ਇੱਕ ਮਿੰਟ ਮੈਂ ਜਿਹੜੀ ਚੀਜ਼ ਅਸਲ ਵਾਸਤੇ ਤੁਹਾਡੇ ਨਾਲ ਗੱਲ ਕਰਨਾ ਹੈ ਅੱਛਾ ਇਹ ਦੇਖੋ ਇਹ ਮੇਰੇ ਫੋਨ 'ਚ ਤੋ ਗੂ ਡੂ WhatsApp ਨਜ਼ਰ ਤੇ ਪਿਓਸਨ ਇੱਕ ਇਹ ਚੈੱਕ ਕਰੋ ਇੱਕ ਤੇ ਦੂ ਅੱਛਾ ਮੈਨੂੰ ਜ਼ਰੂਰਤ ਕੋਈ ਨਾ ਹੈ ਡੂ WhatsApp ਐਂਦੀ ਮੇਰਾ ਇੱਕ WhatsApp ਨਲਕਮ ਚੱਲਦਾ ਹੈ ਸਿਰਫ ਇਹ ਹੈ ਕਿ ਦੂਜਾ WhatsApp ਬਣਾਉਣ ਦਾ ਜ਼ਰੂਰਤ ਹੀ ਵਾਸਤੇ ਪੈਗੀ ਕਿ ਬਹੁਤ ਸਾਰੇ ਲੋਕ ਗੱਲ ਕਰਨਾ ਚਾਹੁੰਦੇ ਹਨ ਫੋਨ ਨੰਬਰ ਮੰਗਦੇ ਹਨ WhatsApp ਤੇ ਰابطਾ ਕਰਨਾ ਚਾਹੁੰਦੇ ਹਨ ਤੇ ਹੁਣੇ ਵਾਸਤੇ TikTok ਗੱਲ دوستਾਂ ਵਾਸਤੇ ਇੱਕ WhatsApp ਅਲੈਦਾ ਤੋਂ ਬਣਾਏਗੀ ਕਿ ਯਾਰ ਚਲੋ ਕੋਈ ਵੀ ਜਿਹੜਾ ਹੈ ਉਹਦਾ ਅਗਰ ਦਿਲ ਕਰਦੇ ਗੱਲ ਕਰਨ ਵਾਸਤੇ ਤੇ ਉਹਨੂੰ ਨੰਬਰ ਦੇ ਦੂਜਾ ਨੰਬਰ ਦੇ ਤੇ ਪਰੇਸ਼ਾਨ ਨਾ થਿਓ ਕਿਉਂਕਿ ਕੰਮ ਕਾਰੋਬਾਰ ਫੈਮਲੀ ਦੇ ਵਿੱਚ ਉਹ ਪਰਸਨਲ WhatsApp ਜਿਹੜੀ ਹੈ ਨਾ ਉਹ ਹਰ ਕਹ ਕੋਈ ਬੰਦਾ ਨਹੀਂ ਦੇ ਸਕਦਾ ਤੇ ਉਹਨੇ ਵਾਸਤੇ ਇੱਕ ਸਪੈਸ਼ਲ ਨੰਬਰ ਗੇਨਤੇ ਤੇ ਉਹਨੇ ਵਾਸਤੇ WhatsApp ਬਣਾਈ ਗਈ ਇਹ ਅਰੂਜ ਦੀ ਗੱਲ ਸਿੰਦਾਪਾ ਉਹ ਹੀ ਵਾਸਤੇ ਬਣਾਈ ਗਈ ਕਿ ਚਲੋ ਕੋਈ ਨਾਰਾਜ਼ ਨਾ ਥੀ ਕਿ ਅਗਰ ਕਹਿੰਦਾ ਦਿਲ ਕਰੇ ਦੇ ਤੇ ਹੂੰ ਤੇ ਨਾਲ ਆਪਣੇ ਨੰਬਰ ਦੇ ਵੀ ਸਕੇ ਬੰਦਾ ਤੇ ਉਹਨੇ ਨਾਲ ਗੱਲਬਾਤ ਕਰ ਸਕੇ ਗੱਪਸ਼ਪ ਉਹ ਮੈਂ ਕਹਿੰਨਾ ਕਿ ਸੋਵੇਂ ਦੇ ਹਿਸਾਬ ਨਾਲ ਡੇਲੀ ਮੈਸੇਜਸ ਡੇਲੀ ਹਾਲ-ਅਵਾਲ ਸ਼ੁਗਲ ਮੇਲੇ ਰਾਤ ਨੂੰ ਡੀਕੂ ਭਰਿਆ ਪਿਆ ਉਹਦਾ WhatsApp ਤੇ ਜਿਵੇਂ ਲਾਲੇ ਦਾ ਅਕਾਊਂਟ ਡਾਊਨ ਥਿਆ ਫ੍ਰੀਜ਼ ਥਿਆ ਤੇ ਇਹਾ WhatsApp ਹੈ ਉਹ ਮੈਂ ਰਾਤ ਨੂੰ ਕਿਉਂ ਬੈਠਾ ਹਾਂ ਇਹ ਡੂਜੀ WhatsApp ਕੋ ਜਾਨਮ ਦੇਖਦਾ ਨਾ ਮੈਂ ਕਿ ਯਾਰ ਉਹ ਲੋਕ ਕਿਥਾਂ ਗਏ ਉਹ ਜਿਹੜੇ ਮੇਲੇ ਭਰੇ ਮੇਲੇ ਦੇ ਵਿੱਚ ਹਨ ਤੇ ਕੱਠੇ ਹਨ ਤੇ ਮਤਲਬ ਕਿ ਉਹਨੇ ਜਾਨਮ ਵੀਡੀਓਜ਼ ਅੱਛੇ ਆਮ ਨੇ ਹਨ ਵੇਣੇ ਹਨ ਅਰੂਜ ਆਈਏ ਕਿਸਮ ਦਾ ਤੇ ਹੁਣ ਟਾਈਮ ਤੇ ਉਹ ਆ ਸ਼ਾਮ ਨੂੰ ਰੋਜ਼ ਮੈਸੇਜ ਨਾ ਕਰੇ ਨਹੀਂ ਹਾਲ-ਵਾਲ ਨਾ ਗਿਨੇ ਨਹੀਂ ਤੇ ਉਹ ਉਨੇ ਕੋ ਜਿਹੜਾ ਨਾ ਆਰਾਮ ਨਾਮ ਦਾ ਹੈ ਤੇ ਅੱਜ ਉਹ ਚੰਦ ਇੱਕ ਦੂ ਅੱਛੇ ਦੋਸਤ ਰਹਿਣੋ ਜਿਹਨੇ ਕੋ ਮੈਸੇਜ ਕੀਤਾ ਤੇ ਹੁਣ ਨੇ ਅਗੂ ਜਿਹੜਾ ਨਾ ਤਰੇ ਤਰੇ ਦੀ ਤੇ ਗਨ ਤੇ ਉਹ ਮੈਸੇਜ ਰੀਡ ਵੀ ਨਹੀਂ ਕੀਤੇ ਉਹਨੇ ਉਹ ਵਾਲਾ ਮੈਂ ਖਿਲਿਆ ਮੈਂ ਕਿਹਾ ਯਾਰ ਲਾਲਾ ਆਪਣੇ ਆਪ ਨੂੰ ਆਖਿਆ ਮੈਂ ਕਿਹਾ ਲਾਲਾ ਗਾ ਲੀਵੇਂ ਇਤੇ ਕੋ ਸਲਾਮ ਕੋ ਨਾ ਆਈ ਤੇਰੇ ਨਾਲ ਹੈਲੋ ਹੈ ਕੋਨਾ ਇਹ ਭਰਿਆ ਮੇਲਾ ਜਿਹੜਾ ਹੈ ਨਾ ਉਹ ਤੇਰਾ ਹੋਂ ਦੇ ਵਿੱਚ ਕੋਈ ਕਿਰਦਾਰ ਕੋਨਾ ਹੈ ਕਿਰਦਾਰ ਹੈ ਜੋ ਤੇਦੇ ਸਿਰਫ ਟਿਕਟੋਕ ਆਈਡੀ ਕੋ ਇੱਕ ਵਾਰੀ ਅਰੋਜ ਮਿਲਿਆ ਤੇ ਹੂੰਕੂ ਸਲਾਮ ਹੈ ਤੇਰੀ ਕੋ ਮੇਰੇ ਖਿਆਲੇ ਕੋਈ ਸ਼ਕਲ ਹੈ ਕੋਈ ਐਸਾ ਕੋ ਨਿਜ਼ਾਮ ਉਹਨੇ ਕੋ ਕੋਨਾ ਹੈ ਗਰਜ਼ ਗਰਜ਼ ਹੈ ਜੋ ਬਸ ਹਰ ਬੰਦੇ ਦਾ ਆਪਣਾ ਹੈ ਕਈ ਲੋਗੇ ਬੜੇ ਅੱਛੇ ਰਿਲੇਸ਼ਨਸ਼ਿਪ ਵੀ ਬਣੇ ਨੋ ਅਣ ਤੱਕ ਹਿੰਨ ਪੇ ਉਹ ਉਹ ਨਾ ਮੇਰੇ ਖਿਆਲੇ ਚ ਨਾ ਖਤਮ ਥੀਵਣ ਵਾਲੇ ਰਿਲੇਸ਼ਨਸ਼ਿਪ ਵੀ ਬਣਨ ਕਿ ਸ਼ਾਇਦ ਅਲੀ ਗੱਲ ਹੈ ਕਿ ਉਹ ਖਤਮ ਹੀ ਨਾ ਥੀ ਸਕਣ ਚੱਲਦੇ ਹੀ ਰਹਿ ਮੰਨ ਲੇਕਿਨ ਚੰਦ ਜਿਹੜੇ ਉਹ ਲਗੜ ਬੱਗੇ ਜਾਂ ਕੋ ਕਹਿੰਦੇ ਨਾ ਚੰਦ ਲਗੜ ਬੱਗੇ ਐਸੇ ਲੋਗ ਹਨ ਕਿ ਜਿਨੇ ਹਲਕੇ ਲੋਕ ਜਿਨੇ ਗਵਾਕ ਨੂੰ ਤੁਸਾਂ ਕਿ ਉਹ ਅਰੂਜ ਦੇ ਵਿੱਚ ਤੇ ਉਹ ਬੜਾ ਕਲੋਜ਼ਿੰਗ ਹੈ ਚੰਨ ਹਰ ਚੀਜ਼ ਹੈ ਗੱਪਸ਼ਪ ਭਾਈ ਉਹ ਉਹਨੇ ਕੋ ਆਰਾਮ ਕੋ ਨੰਮਦਾ ਲਾਲਾ ਲਾਲਾ ਹੁੰਦੀ ਜਿਵੇਂ ਕਹਿੰਦੇ ਨਾ ਉਹ ਲਾਲਾ ਲਾਲਾ ਉਹ ਲਾਲਾ ਲਾਲਾ ਹੀ ਹੁੰਦੀ ਹੈ ਤੇ ਅੱਜ ਉਹ ਜਿਹੜੇ ਨਾ ਉਹ ਮੈਸੇਜ ਕੋ ਰੀਡ ਵੀ ਨਹੀਂ ਕਰਦੇ ਇਹ ਮੈਂ ਤੁਹਾਨੂੰ ਦੱਸਦਾ ਪਿਆ ਕਿ ਅਗਰ ਤੂੰ ਤੇ ਅਰੋਜ ਹੁੰਦੇ ਨਾ ਤੇ ਵੱਲ ਤੁਸਾਂ ਮੇਰੀ ਵੀਡੀਓ ਸ਼ਾਇਦ ਅਲੀ ਗੱਲ ਹੈ ਅੱਜ ਲੰਬੀ ਥੀ ਕਿ ਜਦ ਅਰੋਜ ਹੁੰਦੇ ਨਾ ਮੇਰੇ ਖਿਆਲ ਦੇ ਵਿੱਚ ਵੱਲ ਤੁਸੀਂ ਖੁਆ ਆਪਣੇ ਆਪ ਕੋ ਕਾਬੂ ਥੇ ਹੋਣਾ ਚਾਹੀਦਾ ਹਰ ਐਰੇ ਗੈਰੇ ਬੰਦੇ ਕੋ ਨੰਬਰ ਦੇ ਤੇ ਹਰ ਐਰੇ ਗੈਰੇ ਬੰਦੇ ਨਾਲ ਹਾਲਵਾਲ ਕਰ ਤੇ ਆਪਣੇ ਆਪ ਨੂੰ ਜਿਹੜਾ ਨਾ ਡਾਊਨ ਨਹੀਂ ਕਰਨਾ ਚਾਹੀਦਾ ਉਹਨੇ ਇੱਕ ਚੀਜ਼ ਪਰ ਉਹ ਕਹਿੰਦੇ ਦੂਰ ਕੇ ਢੋਲ ਸਵਸਾਨੇ ਪਰੇ ਕਨੇ ਜਿਹੜੀ ਚੀਜ਼ ਨਾ ਉਹ ਚੰਗੀ ਲੱਗਦੀ ਹੈ ਜੈਂਟਮ ਉਹਨੇ ਕੋ ਤੁਸਾਂ ਰੀਪਲੇ ਨਾ ਦੇਸੋ ਨਾ ਕਹ ਕੋ ਵੀਡੀਓ ਦੇ ਵਿੱਚ ਉਹਨੂੰ ਚਾਹਤ ਹੁੰਦੀ ਹੈ ਕਿ ਯਾਰ ਇੱਕ ਵਾਰੀ ਗੱਲ ਥੀਏ ਇੱਕ ਵਾਰੀ ਗੱਲ ਥੀਏ ਬਾਰ ਬਾਰ ਮੈਸੇਜ ਵੀ ਹਮਸਨ ਲਾਈਕ ਵੀ ਹਮਸਨ ਤੁਹਾਨੂੰ ਅੱਛਾ-ਅੱਛਾ ਕਮੈਂਟ ਵੀ ਕਰਿਆ ਸਨ ਲੇਕਿਨ ਜੇ ਟਾਈਮ ਤੁਸੀਂ ਉਹਦੇ ਨਾਲ ਰਾਬਤੇ ਜਾਵੋ ਸੋ ਹਾਸਲ ਤੇ ਕੀ ਹਾਸਲ ਜਿਹੜੀ ਚੀਜ਼ ਥੀ ਉਹਦੀ ਕਦਰ ਖਤਮ ਮਤਲਬ ਕਿ ਉਹਨੇ ਕੋ ਅਸਾਦ ਆਦਤ ਇਹ ਹੈ ਕਿ ਜੇ ਟਾਈਮ ਅਸਾਂ ਕੋਈ ਕਮੈਂਟ ਕਰੇਦਾ ਇਨਾਂ ਤੇ ਨੰਬਰ ਮੰਗਦਾ ਅਸੀਂ ਪਹਿਲੇ ਇਵੇਂ ਖੁਸ਼ੀ ਨਾ ਲੱਗਲੇ ਗੁਦੇ ਹੱਸ ਕੇ ਯਾਰ ਪਤਾ ਨਹੀਂ ਕਿਤਨਾ ਦਿਲ ਕਰੇਦਾ ਪਿਆ ਸੀ ਹੁੰਦਾ ਗੱਲ ਕਰਨ ਤੋ ਅਸਾਂ ਹੁਣ ਟਾਈਮ ਆਣ ਹੁੰਦੇ ਕਮੈਂਟ ਬਾਅਦ ਚੰਦਈ ਸੇਰਾ ਨੰਬਰ ਹੁਣ ਕਨੇ ਪਹਿਲੇ ਗਿਆ ਖੜਾ ਹੁੰਦਾ ਤੇ ਲੇਕਿਨ ਜੈਂ ਟਾਈਮ ਅਸੇ ਦੇ ਵਿਊਜ਼ ਜਿਹੜੇ ਨੇ ਹਜ਼ਾਰ ਤੋਂ ਹੀ ਥੱਲੇ ਆ ਗਏ ਨੇ ਮਿਲੀਅਨ ਤੋਂ ਹਜ਼ਾਰ ਤੋਂ ਹੀ ਥੱਲੇ ਆ ਗਏ ਤੇ ਅੱਜ ਉਹ ਆ WhatsApp ਤੇ ਕਿ ਕਾਫੀ ਕਾਫੀ ਦਿਨ ਗੁਜ਼ਰਨ ਤੋਂ ਬਾਅਦ ਕੋਈ ਹੀ ਤੇ ਮੈਸੇਜ ਨਹੀਂ ਆਉਂਦਾ ਕੋਈ ਹੀ ਤੇ ਗੱਪਸ਼ਪ ਨਹੀਂ ਥੀਂਦੀ ਤੇ ਅਗਰ ਕਹਾਂ ਕੋ ਮੈਸੇਜ ਕਰੋ ਇਸੇ ਤੇ ਉਹਨੇ ਦਾ ਰਿਪਲਾਈ ਨਹੀਂ ਹੁੰਦਾ ਤੇ ਇੱਕ ਸੌਦੀਆ ਦਾ ਦੋਸਤ ਹੈ ਜਿਵੇਂ ਅੱਜ ਉਹ ਮੇਰੀ ਵੀਡੀਓ ਸੁਣ ਸੇ ਸਹੀ ਲਾਜ਼ਮੀ ਕਿ ਇੱਕ ਸੌਦੀਆ ਦਾ ਦੋਸਤ ਹੈ ਉਹ ਤਕਰੀਬਨ ਰਾਤ ਕੋ ਨਾ ਕੋ 3-3 ਘੰਟੇ ਫੋਨ ਕਾਲ ਤੇ ਗਾਲ ਕਰਦਾ ਇੱਕ ਬੜਿਆਂ ਫੜਾਂ ਡਜ਼ਾਂ ਮਾਰਨਿਆਂ ਇੰ ਕਰਦੇਓ ਉੰ ਕਰਦੇਓ ਮੈਂ ਇਵੇਂ ਤੇ ਮੈਂ ਉਵੇਂ ਤੇ ਬਸ ਹੂੰ ਤੂੰ ਬਗੈ ਮੈਂ ਖਣਾ ਕਿ ਬਸ ਉਹ 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 ਸੌਦੀਆ ਦਵਾ ਤੇ ਇਥਾਈ ਕੋਠੀਆਂ ਬੰਗਲੇ ਕਰਦੇ ਪਲਾਨਾਂ ਨੂੰ ਦੇ ਉਹ ਬੰਦੇ ਐਸਾ ਇੱਕ ਨੂੰ ਕੰਮ ਪਿਆ ਹੂੰ ਪਰ ਹੁਣ ਮੈਂ ਕਿਆ ਸਟੋਰੀ ਸੁਣਾਵਾਂ ਕੰਮ ਪਿਆ ਹੂੰ ਨਿਕ ਵਾਕੇ ਯਾਰ ਮੈਂ ਪੜਿਆ ਲਿਖਿਆ ਕੋ ਨਹੀਂ ਵਾ ਇਸ ਤ ਤੇ ਮੇਰੇ ਕੇੰਦੇ ਨਾਲ ਜਿਹੜਾ ਨਾ ਫਲਾਣੇ ਬੰਦੇ ਦੇ ਨਾਲ ਰਾਬਤਾ ਕਰਨਾ ਮੈਂ ਤੇ ਉਹਨੂੰ ਮੈਸੇਜ ਕਰਨੇ ਲਿਖ ਲਿਖ ਤੇ ਪਾਠੋ 15 20 ਦਿਨ ਲਾ ਤੇ ਮੈਸੇਜ ਲਿਖ ਤੇ ਪਾਠ ਤੇ ਉਹਦੇ ਨਾਲ ਗੱਪਸ਼ਪ ਤੀ ਤੇ ਬਸ ਉਹ ਰਖ ਤੇ ਅਸੇ ਕੋ ਬੁਲਾ ਕਰ ਛੋੜਿਆ ਮਤਲਬ ਕਿ ਲੋਗ ਆਪਣਾ ਕੰਮ ਕਢਾਉਣ ਵਾਸਤੇ ਅਗਲੇ ਕੋ ਇਸਤੇਮਾਲ ਕਰਨ ਵਾਸਤੇ ਅਗਲੇ ਦੀ ਫੀਲਿੰਗ ਨਾਲ ਹੀ ਖੇਰਵਿੰਦਨ ਵੀ ਖਾਇਆ ਹੈ ਕੋਈ ਗਾਲ ਨਹੀਂ ਦਬੋ ਕੰਮ ਕੋ ਜਿੱਥਾਂ ਦਾ ਲੱਗਦੇ ਉਥੇ ਲਾ ਛੋੜੋ ਸਿਰਫ ਆਪਣੇ ਫਾਲੋਅਰਾਂ ਨਾਲ ਥੋੜੀ ਜਿਹੀ ਲੰਬੀ ਗੱਪਸ਼ਪ ਕਰਨ ਦਾ ਮਕਸਦ ਹੈ 아이 ਕਿ ਯਾਰ ਅਰੋਜ ਕੋ ਸਲਾਮ ਹੈ ਤਜ਼ੀਵਾਲ ਕੋ ਲਾਨਤ ਹੈ ਤੇ ਮੈਂ ਨਾ ਉਹ ਰਾਤ ਕੋ ਬੈਠਾ ਹੁੰਦਾ ਅਕਸਰ ਜੋਬ ਤੇ ਸਾਰੀ ਰਾਤ ਹੁੰਦੀ ਹੈ ਦੀਂਦਾ ਤੇ ਆਰਾਮ ਕਰੇ ਸੁਤੇ ਵੀ ਹੁੰਦਾ ਤੇ ਉਹ ਰਾਤ ਕੋ ਜਣਾਂ ਬੈਠਾ ਹੁੰਦਾ ਤੇ ਮੈਂ ਇਹ ਦੇਖਦਾ ਨਾ ਵੀ ਯਾਰ ਕਹਿੰ ਕੋ ਚਲੋ ਮੈਸੇਜ ਕਰੀ ਗਿੰਦੇ ਹਾਲ-ਵਾਲ ਕਰੇ ਬੰਦਾ ਯਾਰ ਦੇਖੋ ਨਾ ਜ਼ਰੂਰੀ ਕੋ ਨਹੀਂ ਕਿ ਤੁਸੀਂ ਕਹਿੰਦੇ ਨਾਲ ਅਗਰ ਰਾਬਤਾ ਰਹਿੰਦਾ ਹੀ ਹੋ ਤੋ ਤੁਸੀਂ ਇਤਨੀ ਡਜ਼ਾਂ ਮਾਰੋ ਇਤਨੀਆਂ ਤੁਸੀਂ ਜਿਹੜਾ ਨਾ ਖੁੱਲੀਆਂ ਖੁੱਲੀਆਂ ਲੰਬੀਆਂ ਲੰਬੀਆਂ ਛੋੜੋ ਜ਼ਰੂਰੀ ਤੇ ਕੋ ਨਹੀਂ ਉਤਨੀ ਗੱਲ ਕਰੇ ਬੰਦਾ ਜਿੱਥਾ ਪਹੁੰਚੀ ਸਕੇ ਜਿੱਥਾ ਆਪਣਾ ਭਰਮ ਕਾਇਮ ਰਹਿ ਸਕੇ ਜਿੱਥਾ ਆਪਣੀ ਜਿਹੜੇ ਨਾ ਆਜ਼ਾਦ ਕੁ ਜਿਹੜਾ ਨਾ ਸਕੂਨ ਮਿਲ ਸਕੇ ਨਾ ਵੇ ਬਦ ਸਕੂਨੀ ਸੀ ਵੇ ਸਾਰੀ ਤੇ ਉਤਨੀ ਗਾਲ ਗਰ ਗਿੰਨੇ ਬੰਦਾ ਇਨਸਾਨ ਹੈ ਇਨਸਾਨ ਤੇ ਵੀ ਉਹ ਕਹਿੰਦੇ ਨੇ ਕੀ ਦਮ ਦਾ ਬਰੋਸਾ ਯਾਰ ਤੇ ਦਮ ਆਵੇ ਨਾ ਆਵੇ ਅੱਜ ਹੂੰ ਕੱਲ ਨਾ ਹੂੰ ਕੋਈ ਪਤਾ ਹੀ ਨਹੀਂ ਹੈ ਜ਼ਿੰਦਗੀ ਚਲੋ ਚੱਲੀ ਦਾ ਮੇਲਾ ਚਲ ਸੋ ਚਾਲੇ ਕਮ ਤੇ ਮੈਂ ਤਾਂ ਕਦੀ ਇਹ ਜਿਆ ਸਿਸਟਮ ਸੋਚਿਆ ਹੀ ਨਹੀਂ ਤੇ ਨਾ ਆਪ ਤੋਂ ਵੱਧ ਤੇ ਕੋਈ ਆਪਣੀ ਔਕਾਤ ਤੋਂ ਜ਼ਿਆਦਾ ਕਦੀ ਗਾਲ ਕੀਤੀ ਵੀ ਹੈ ਜੋ ਹੂੰ ਜਿੰਨੇ ਗਹੂੰ ਕਹੇ ਕੋ ਅਗਰ ਦੱਸੇ ਤੇ ਉਹ ਕਲੀਅਰ ਗੱਲ ਕੀਤੀ ਸੀ ਕਲੀਅਰ ਦੱਸਿਆ ਸੀ ਕਿ ਯਾਰ ਅਸਾਂ ਕੋ ਲੰਬਿਆਂ ਡਜ਼ਾਂ ਅਸਾਂ ਕੋ ਮਾਰਨ ਦੀ ਆਦਤ ਨਹੀਂ ਹੈ ਉਹ ਜਿਹੜੇ ਮਰੇਨ ਡਜ਼ਾਂ ਤੇ ਬਾਅਦ ਚੋ ਇਹ ਹਾਲ ਹੁੰਦੇ ਨੇ ਕਿ ਉਹ WhatsApp ਇਹ ਕੋ ਬਲਾਕ ਕਰਵੰਦਨ ਕਿਉਂਕਿ ਪਤਾ ਹੁੰਦਾ ਕਿ ਹੁਣ ਲੰਬਿਆਂ ਤੇ ਛੋੜ ਗਏ ਦਿੰਸੇ ਤੇ ਹੁਣ ਇਹ ਕਈ ਲੋਗ ਹੁਣ ਜ਼ਰੂਰੀ ਕੋ ਨਹੀਂ ਮੈਂ ਆਪਣੇ ਸਾਰੇ ਫਰੈਂਡਸ ਸਾਰੇ ਦੋਸਤਾਂ ਨੂੰ ਨਹੀਂ ਕਹਿੰਦਾ ਪਿਆ ਇਹੀ WhatsApp ਤੇ ਘੱਟੋ ਘੱਟ 150 ਤੋਂ ਉੱਤੇ ਫੋਨ ਨੰਬਰ ਜਿਹੜਾ ਹੈ ਨਾ ਉਹ ਸੇਵ ਠੀਕ ਹੈ ਤੇ ਹੁਣ ਉਹਦੇ ਵਿੱਚ ਉਹ ਦੋ ਚਾਰ ਜਿਹੜੇ ਨੇ ਉਹ ਗਾਲ ਕੋ ਆਪਣੇ ਉੱਤੇ ਘਿਨ ਉਹ ਮੈਂ ਉਹਨਾਂ ਨਾਲ ਮਾਫ਼ਰਤ ਕਰਨਾ ਅਗਰ ਮੇਰੀ ਗਾਲ ਕਹਿ ਕੋ ਬੁਰੀ ਲਗੇ ਨਾ ਮੈਂ ਕੋ ਉਹਨੇ ਤੇ ਡੋਖੇ ਯਾਰ ਮੇਰੇ ਕਿਹੜਾ ਉਹ ਮੁਲਾਜ਼ਮ ਹੈ ਜਾਂ ਮੇਰੇ ਕੋ ਐਸੇ ਰਿਲੇਟਿਵ ਕੋ ਨਾ ਹਨ ਕਿ ਜਿੰਨੇ ਤੇ ਮੇ ਕੋ ਅਫਸੋਸ ਸੀ ਵੇ ਲੇਕਿਨ ਗਾਲ ਕਰਨ ਦਾ ਮਕਸਦ ਇਹ ਹੈ ਕਿਵੇਂ ਨਹੀਂ ਹੋਣਾ ਚਾਹੀਦਾ ਅਗਰ ਅਰਵਜ ਜ਼ਵਾਲ ਜ਼ਿੰਦਗੀ ਦਾ ਹਿੱਸਾ ਹੈ ਜੇ ਅਰਵਜ ਆਵੰਦੇ ਤੇ ਅਲਹਮਦੁਲਿਲਾ ਜੇ ਹੂੰ ਦੂ ਜ਼ਿਵਾਲ ਆਉਂਦੇ ਮਾੜਾ ਟਾਈਮ ਆਉਂਦੇ ਤੇ ਕੋਈ ਮਸਲਾ ਨਹੀਂ ਹੈ ਮਾੜਾ ਵੀ ਗੁਜ਼ਰਵੰਦੇ ਤੇ ਬਾਕੀ ਮੇਰਾ مشورہ ਇਹ ਹੈ ਕਿ ਅਗਰ ਅਰੂਜ ਆਵਣੇ ਨਾ ਤੁਸਾਂ ਤੇ ਤੇ ਵਲ ਹੂੰ ਕੁ ਥੋੜਾ ਜਨਾ ਦੇਖ ਸੋਚ ਤੇ ਇਹ ਕੁਝ ਲੋਕ ਤੇਰੇ ਨਾਲ ਰਬ ਦੇ ਵਿੱਚ ਤੇਰੇ ਨਾਲ ਅਗੀ ਤੇ ਪਿਛਤੇ ਇਹ ਲੋਲੋ ਪੋਚੋ ਇਹ ਸਾਰਾ ਕੁਝ ਕਰਨ ਦੇ ਜਗਰ ਦੇ ਵਿੱਚ ਨਾ ਉਸ ਵੇਰ ਤਵੇ ਕੁ ਦੇਖਦੇ ਪਹੁੰਦੇ ਨਾ ਹੁੰਦੇ ਉਹ ਹਸਦੀ ਨੇ ਉਹਨੇ ਕੋਈ ਹਸਦ ਹੁੰਦੇ ਬੜਾ ਉਤ ਮੇਰਾ ਹੀ ਬੇੜਾ ਕਰ ਕਰ ਵੰਦ ਆਪਣਾ ਤਾਂ ਉਹਦਾ ਹੁੰਦਾ ਹੀ ਹੁੰਦਾ ਉਤ ਮੇਰਾ ਹੀ ਬੇੜਾ ਕਰ ਕਰ ਵੰਦ ਤੇ ਕੋਈ ਗੱਲ ਨਹੀਂ ਪਤਾ ਨਹੀਂ ਮੈਂ ਕਿਹੜਿਆਂ ਕਿਹੜਿਆਂ ਗਾਲੀਆਂ ਕਰ ਗਿਆ ਕਿਵੇਂ ਕਰ ਗਿਆ ਕੋਈ ਸਮਝ ਨਹੀਂ ਲੇਕਿਨ ਮੇਰਾ ਮਕਸਦ ਉਹ ਇੱਕ WhatsApp ਦਿਖਾਉਣ ਦਾ ਹੈ ਕਿ ਦੂ WhatsApp ਡਾਊਨਲੋਡ ਕੀਤੀਆਂ ਗਿਆ ਹਨ ਇੱਕ ਤੇ ਜਲਦੀ ਜਲਦੀ ਹੈ ਉਹ ਤੇ ਪਰਸਨਲ ਹੈ ਤੇ ਦੂਜੀ ਜਿਹੜੀ ਸਪੈਸ਼ਲ ਲਾਲੇ ਦੇ ਦੋਸਤਾਂ ਵਾਸਤੇ ਕੀਤੀ ਗਈ ਹੈ ਬਣਾਈ ਗਈ ਹੈ ਤੇ ਉਹ ਲਾਲੇ ਦੇ ਦੋਸਤ ਅੱਜ ਕੱਲ ਜਿਹੜੇ ਨਾ ਉਹ ਖੱਲੀ ਵਾਲੀ ਹਨ ਬਾਕੀ ਹੱਸਦੇ ਰਹੋ ਵਸਦੇ ਰਹੋ ਆਬਾਦ ਰਹੋ ਤੇ ਜਿੰਨੇ ਕੋ ਗਾਲ ਮੇਰੀ ਬੁਰੀ ਲੱਗੀ ਹੋਸੇ ਤੇ ਉਹਨਾਂ ਨਾਲ ਮਾਜ਼ਰਤ ਅਗਰ ਕੋਈ ਮੇਰੀ ਗਾਲ ਨਾਲ ਇਤਫਾਕ ਕਰੇ ਸੇ ਤੇ ਵੈਲਕਮ ਤੇ ਅਗਰ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਲਿੰਕ ਬਾਇਓ ਦੇ ਵਿੱਚ ਲਗਾ ਪਿਆ ਤੇ ਤੁਸੀਂ ਵਾਂਝ ਤੇ ਹੂੰ ਕੋ ਇੱਕ ਵਾਰੀ ਸਬਸਕ੍ਰਾਈਬ ਕਰ ਗਿੰਸੋ ਬਾਕੀ ਅੱਛੇ ਅੱਛੇ ਜਿਹੜਿਆਂ ਅਸੇ ਦੇ ਨਾਲ ਜ਼ਿੰਦਗੀ ਅੱਛੇ ਅੱਛੇ ਗੱਲਾਂ ਨਹੀਂ ਕਰਨੀਆਂ ਅਸਾਂ ਅੱਛਾ ਅੱਛਾ ਬੁਰਿਆ ਬੁਰਿਆ ਜਿਹੜੇ ਅਸੇ ਜ਼ਿੰਦਗੀ ਤੇ ਗੁਜ਼ਰਦੇ ਆ ਪੈਨ ਜੋ ਮਾਹੌਲ ਚਲਦਾ ਪੈ ਉਹ ਤੇਰੇ ਨਾਲ ਸ਼ੇਅਰ ਕਰੇਂਦੇ ਰਹਸੂ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ